ਬੀਤੇ ਦਿਨ ਕਰਜ਼ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਦਰਅਸਲ ਮ੍ਰਿਤਕ ਬਲਵੰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਅਜਨਾਲਾ ਰੋਡ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਨ੍ਹਾਂ 8 ਲੋਕਾਂ ਨੇ ਬਲਵੰਤ ਸਿੰਘ ਨੂੰ ਮਰਨ ਲਈ ਮਜਬੂਰ ਕੀਤਾ ਹੈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਚੋਂ ਇੱਕ ਮੈਂਬਰ ਨੂੰ ਨੌਕਰੀ ਤੇ 25 ਲੱਖ ਰੁਪਏ ਦਿੱਤੇ ਜਾਣ। ਪਹਿਲੀ ਤਾਂ ਗੱਲ ਹੈ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਸਾਡੀ ਪਹਿਲੀ ਇਹ ਮੰਗ ਹੈ। ਦੂਜਾ, ਕੰਪਨਸੇਟ ਕਰਨ ਵਾਸਤੇ 25 ਲੱਖ ਰੁਪਈਆ ਗੌਰਮੈਂਟ ਇਹਨਾਂ ਨੂੰ ਗ੍ਰਾਂਟ ਕਰੇ। ਤੀਜੀ ਹੈ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਨੌਕਰੀ ਦਿੱਤੀ ਜਾਵੇ। ਅਸੀਂ ਇਹ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ। ਜੇ ਪੰਜਾਬ ਸਰਕਾਰ ਨਹੀਂ ਮੰਨੇਗੀ ਤਾਂ ਅਸੀਂ ਇਸ ਤਰ੍ਹਾਂ ਹੀ ਸੰਘਰਸ਼ ਕਰਾਂਗੇ। ਗਰੀਬ ਜਿਹੜੇ ਲੋਕ ਹੈ ਉਹਨਾਂ ਕੋਲੋਂ ਤਾਂ ਸੰਘਰਸ਼ ਦੇ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ। ਇਸ ਮਾਮਲੇ ਸੰਬੰਧੀ SHO ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹੜਾ ਆ ਦੋਸ਼ੀ ਅਰੈਸਟ ਕੀਤੇ ਜਾਣ ਅਤੇ ਤੁਸੀਂ ਸਾਡੇ ਕਾਨੂੰਨੀ ਕਾਰਵਾਈ ਠੀਕ ਜੀ। ਅਸੀਂ ਇਹਦੇ ਮੁਤਲਕਾ FIR ਨੰਬਰ 15 ਥਾਣੇ ਵਿੱਚ 8 ਦੋਸ਼ੀਆਂ ਦੇ ਖਿਲਾਫ ਸੁਸਾਈਡ ਨੋਟ ਦੇ ਮੁਤਾਬਕ ਕੀਤੀ ਹੈ। ਦੋਸ਼ੀਆਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ, ਪਰ ਇਹ ਕਹਿ ਰਹੇ ਸਾਨੂੰ 25 ਲੱਖ ਰੁਪਈਆ ਦਿਓ ਅਤੇ ਇੱਕ ਬੰਦੇ ਨੂੰ ਨੌਕਰੀ ਦਿਓ। ਬਾਕੀ ਸੀਨੀਅਰ ਆਫਿਸਰ ਆ ਰਹੇ ਨੇ, ਬਾਕੀ ਉਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਹੈ। ਦੱਸਣਯੋਗ ਕਿ ਬੀਤੇ ਦਿਨ ਬਲਵੰਤ ਸਿੰਘ ਨੇ ਆੜਤੀਆਂ ਤੇ ਕੁਝ ਹੋਰ ਲੋਕਾਂ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ ਸੀ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਸਾਂਝ TV।